ਫੰਡਸ ਦਾ ਬਹੁਤ ਵੱਡਾ ਚੱਕਰ ਵੀ ਰਹਿੰਦਾ ਕਿ ਇੰਨੇ ਫੰਡਸ ਜ਼ਰੂਰੀ ਹੈਗੇ ਆ ਤੇ ਲੇਕਿਨ ਉਹ ਫੰਡਸ ਆਪਣੇ ਹੋਣੇ ਚਾਹੀਦੇ ਕਿ ਬਾਅਦ ਚੋਂ ਕੱਢ ਸਕਦੇ ਕੁਛ ਇਦਾਂ ਰਹਿੰਦਾ ਬੈਂਕ ਅਕਾਊਂਟ 'ਚ ਇੰਨੇ ਮਹੀਨੇ ਤੋਂ ਹੋਣੇ ਚਾਹੀਦੇ ਆ ਕਿੰਨੇ ਟਾਈਮ ਤੋਂ ਹੋਣੇ ਚਾਹੀਦੇ 6 ਮਹੀਨੇ ਸਾਲ 2 ਸਾਲ ਕਿੰਨੇ ਟਾਈਮ ਦਾ ਫੰਡ ਦਿਖਾਣਾ ਹੁੰਦਾ ਬੱਚੇ ਨੂੰ ਬੇਸਿਕਲੀ 28 ਡੇਜ਼ ਫੰਡ ਓਲਡ ਹੋਣਾ ਬਹੁਤ ਜ਼ਰੂਰੀ ਹੈ 28 ਦਿਨ ਅਗਰ ਬੱਚੇ ਦੇ ਪੁਰਾਣੇ ਫੰਡ ਨਹੀਂ ਹੈ ਤਾਂ ਬੱਚਾ ਯੂਕੇ ਦੇ ਵਿੱਚ ਫਾਈਲ ਲਗਾਉਣ ਦੇ ਵਿੱਚ ਐਲੀਜੀਬਲ ਨਹੀਂ ਹੈ ਅਗਰ 28 ਦਿਨ ਪੁਰਾਣੇ ਫੰਡਸ ਨੇ ਤਾਂ ਬੱਚਾ ਯੂਕੇ ਦਾ ਵੀਜ਼ਾ ਲੈਣਾ 100% ਬੱਚਾ ਵੀਜ਼ਾ ਲੈ ਸਕਦਾ ਬੀਕੌਮ ਕੀਤੀ ਹੋਈ ਕਿਸੇ ਨੇ ਮਾਸਟਰ ਲਈ ਉੱਧਰ ਜਾਣਾ ਹੈ ਤੇ 58% ਉਹਦੀ ਆਈ ਹੈ ਤੇ ਸੈਕਿੰਡ ਡਿਵੀਜ਼ਨ ਹੋ ਗਈ ਤੇ ਆਈਐਲਟੀਐਸ ਦੇ ਬੈਂਡ ਆਇਆ 5 ਸਕੋਰ ਤੇ ਉਹ ਜਾ ਸਕਦਾ ਬਿਲਕੁਲ ਬੱਚਾ ਉਹਦੇ ਵਿੱਚ ਐਲੀਜੀਬਲ ਹੈ ਅਗਰ ਅਸੀਂ ਬੱਚਾ ਡਬਲ ਮਾਸਟਰ ਕਰਨ ਲਈ ਜਾ ਰਿਹਾ ਤਾਂ ਉਹਦੀ ਇੰਟਰਵਿਊ ਕ੍ਰੀਏਟ ਕਰਦੀ ਹੈ ਅੰਬੈਸੀ ਨਹੀਂ ਬਲਕਿ ਯੂਨੀਵਰਸਿਟੀ ਇੰਟਰਵਿਊ ਕ੍ਰੀਏਟ ਕਰੇਗੀ ਅਗਰ ਉਹ ਯੂਨੀਵਰਸਿਟੀ ਦੀ ਇੰਟਰਵਿਊ ਦੇ ਵਿੱਚ ਸਕਸੈਸ ਹੋ ਜਾਂਦਾ ਤਾਂ ਉਹਦਾ 100% ਬੱਚੇ ਦਾ ਕੈਸ ਲੈਟਰ ਆਏਗਾ ਔਰ 100% ਬੱਚਾ ਐਲੀਜੀਬਲ ਹੈ ਆਈਲਟਸ ਦਾ ਬਹੁਤ ਹੁੰਦਾ ਕਿ ਕਰੀਏ ਕਿ ਨਾ ਕਰੀਏ ਕੁਝ ਕਹਿੰਦੇ ਕਿ ਬਿਨਾਂ ਆਈਲਟਸ ਦੇ ਵੀ ਤੁਸੀਂ ਜਾ ਸਕਦੇ ਹੋ ਤੁਸੀਂ ਦੱਸੋ ਕਿ ਜਾ ਸਕਦੇ ਦਾ ਬਿਨਾਂ ਆਈਲਟਸ ਬਿਲਕੁਲ ਹਲੇ ਯੂਕੇ ਦੇ ਵਿੱਚ ਵਿਦਆਊਟ ਆਇਲਸ ਜਾਣਾ ਬਿਲਕੁਲ ਪੋਸੀਬਲ ਹੈ 100% ਪੋਸੀਬਲ ਹੈ ਮਾਰਕੀਟ ਦੇ ਵਿੱਚ ਜੋ ਪ੍ਰੋਬਲਮਸ ਆ ਰਹੀਆਂ ਬੱਚਿਆਂ ਨੂੰ ਫਰੋਡਸ ਦੀ ਗੱਲ ਕਰੀਏ ਤਾਂ ਫਰੋਡਸ 90% ਇਸ ਟਾਈਮ ਫਰੋਡਸ ਦੀ ਹੀ ਦਿੱਕਤ ਆ ਰਹੀ ਹੈ ਜਿਨ੍ਹਾਂ ਨੇ ਲੇਕਿਨ ਮਾਸਟਰ ਕੀਤੀ ਹੋਵੇ ਉਹ ਅੱਗੇ ਜਾ ਕੇ ਉੱਧਰ ਕੀ ਪੜ੍ਹਾਈ ਕਰਨ ਤਾਂ ਕਿ ਉਹਨਾਂ ਦਾ ਇੱਦਾਂ ਉਹਨਾਂ ਨੂੰ ਇਮੀਗ੍ਰੇਸ਼ਨ ਵਾਲਿਆਂ ਨੂੰ ਯਕੀਨ ਹੋ ਜਾਏ ਕਿ ਇਹ ਸਟੱਡੀ ਵੀਜ਼ਾ ਲਈ ਇੱਥੇ ਆ ਰਿਹਾ ਬੱਚਾ ਡਬਲ ਮਾਸਟਰ ਕਰਨ ਲਈ ਕਿਸੇ ਵੀ ਕੰਟਰੀ ਦੇ ਵਿੱਚ ਜਾ ਸਕਦਾ ਹੈ ਪਾਰਟੀਕੂਲਰ ਯੂਕੇ ਨਹੀਂ ਕਿਸੇ ਵੀ ਕੰਟਰੀ ਦੇ ਵਿੱਚ ਅਸੀਂ ਡਬਲ ਮਾਸਟਰ ਕਰਨ ਲਈ ਜਾ ਸਕਦੇ ਹਾਂ ਤੇ ਮੈਨੂੰ ਇਹ ਦੱਸੋ ਕਿ ਗੈਪ ਕਿੰਨਾ ਅਸੈਪਟੇਬਲ ਹੈ ਐਗਜ਼ੈਕਟ ਅਗਰ ਆਪਾਂ ਕਹੀਏ ਅਗਰ ਯੂਕੇ ਦੀ ਗੱਲ ਕਰੀਏ ਤਾਂ 10 ਸਾਲ ਦਾ ਗੈਪ ਅਸੈਪਟੇਬਲ ਹੈ ਪੰਜਾਬ ਹਰਿਆਣਾ ਰਾਜਸਥਾਨ ਬੋਰਡ ਮਾਰਕੀਟ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਬੋਰਡ ਨੂੰ ਕੋਈ ਵੀ ਸਟੈਪ ਨਹੀਂ ਕਰਨਾ ਚਾਹ ਰਿਹਾ ਤੁਸੀਂ ਦੇਖ ਰਹੇ ਹੋ ਇਮੀਗ੍ਰੇਸ਼ਨ ਟਾਕ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਇਹ ਸ਼ੋਅ ਉਹਨਾਂ ਬੱਚਿਆਂ ਲਈ ਹੈ ਜੋ ਫੋਰਨ ਜਾਣ ਦਾ ਸਟੱਡੀ ਵੀਜ਼ਾ ਦਾ ਪਲਾਨ ਕਰ ਰਹੇ ਨੇ ਦੱਸ ਦਈਏ ਉਹਨਾਂ ਨੂੰ ਬਹੁਤ ਸਾਰੇ ਸਵਾਲ ਹੁੰਦੇ ਆ ਮਨ ਦੇ ਵਿੱਚ ਜਿਵੇਂ ਕਿ ਆਈਲਸ ਬੈਂਡ ਕਿੰਨੇ ਚਾਹੀਦੇ ਗੈਪ ਅਸੈਪਟੇਬਲ ਹੈ ਕਿ ਨਹੀਂ ਇਨਟੇਕ ਕਿਹੜਾ ਚੁਣੀਏ ਕਾਲਜ ਕਿਹੜਾ ਚੁਣੀਏ ਮਨ ਵਿੱਚ ਸਵਾਲ ਬਹੁਤ ਨੇ ਪਰ ਜਵਾਬ ਦੇਣ ਲਈ ਅੱਜ ਸਾਡੇ ਨਾਲ ਮੌਜੂਦ ਹੈ ਜੀਪੀ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਡ ਤੋਂ ਪਵਨ ਕੁਮਾਰ ਜੀ ਪਹਿਲਾਂ ਸਵਾਗਤ ਕਰ ਲੈਂਦੇ ਹਾਂ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਹੈ ਸਰ ਤੁਹਾਡਾ ਬਹੁਤ ਵਧੀਆ ਮੈਮ ਤੁਸੀਂ ਦੱਸੋ ਜੀ ਬਹੁਤ ਵਧੀਆ ਸਰ ਸਰ ਜਿਵੇਂ ਕਿ ਮੈਂ ਕਿਹਾ ਕਿ ਬਹੁਤ ਸਾਰੇ ਮਨ ਦੇ ਵਿੱਚ ਸਵਾਲ ਰਹਿੰਦੇ ਬੱਚਿਆਂ ਦੇ ਕਿ ਸਟੱਡੀ ਵੀਜ਼ਾ 'ਚ ਜੋ ਜਾਣਾ ਚਾਹੁੰਦੇ ਨੇ ਹੈ ਨਾ ਕਾਫੀ ਜ਼ਿਆਦਾ ਇੱਦਾਂ ਫਰੋਡ ਵੀ ਚੱਲ ਰਿਹਾ ਅੱਜ ਦੇ ਟਾਈਮ ਦੇ ਵਿੱਚ ਤੇ ਅੱਜ ਅਸੀਂ ਗੱਲ ਵੈਸੇ ਯੂਕੇ ਤੇ ਕੈਨੇਡਾ ਦੀ ਕਰਨ ਵਾਲੇ ਹਾਂ ਹੈ ਨਾ ਸਟਾਰਟਿੰਗ ਕਰਦੇ ਹਾਂ ਆਪਾਂ ਯੂਕੇ ਤੋਂ ਤੇ ਯੂਕੇ ਦੇ ਵਿੱਚ ਜਿਵੇਂ ਸਰ ਸਾਡੇ ਆਈਲਟਸ ਦਾ ਬਹੁਤ ਹੁੰਦਾ ਕਿ ਕਰੀਏ ਕਿ ਨਾ ਕਰੀਏ ਕੁਝ ਕਹਿੰਦੇ ਕਿ ਬਿਨਾਂ ਆਈਲਟਸ ਦੇ ਵੀ ਤੁਸੀਂ ਜਾ ਸਕਦੇ ਹੋ ਤੁਸੀਂ ਦੱਸੋ ਕਿ ਜਾ ਸਕਦੇ ਦਾ ਬਿਨਾਂ ਆਈਲਟਸ ਬਿਲਕੁਲ ਹਲੇ ਯੂਕੇ ਦੇ ਵਿੱਚ ਵਿਦਆਊਟ ਆਇਲਸ ਜਾਣਾ ਬਿਲਕੁਲ ਪੋਸੀਬਲ ਹੈ 100% ਪੋਸੀਬਲ ਹੈ ਮਾਰਕੀਟ ਦੇ ਵਿੱਚ ਜੋ ਪ੍ਰੋਬਲਮਸ ਆ ਰਹੀਆਂ ਬੱਚਿਆਂ ਨੂੰ ਫਰੋਡਸ ਦੀ ਗੱਲ ਕਰੀਏ ਤਾਂ ਫਰੋਡਸ 90% ਇਸ ਟਾਈਮ ਫਰੋਡਸ ਦੀ ਹੀ ਦਿੱਕਤ ਆ ਰਹੀ ਹੈ ਮਾਰਕੀਟ ਦੇ ਵਿੱਚ ਬੱਚਾ ਜਾਂਦਾ ਹੈ ਉਹਨੂੰ ਆਫਰ ਲੈਟਰ ਦੇ ਨਾਮ 'ਤੇ 10-20-50,000 ਰੁਪਏ ਲੈ ਲਿਆ ਜਾਂਦਾ ਹੈ ਵਿਦਆਊਟ ਆਇਲਸ ਕਹਿ ਕੇ ਉਸ ਤੋਂ ਬਾਅਦ ਬੱਚਾ ਪਰੇਸ਼ਾਨ ਹੁੰਦਾ 15-20 ਦਿਨ ਆਫਰ ਲੈਟਰ ਲਈ ਜਾਂਦਾ ਹੈ ਉਹਨੂੰ ਆਫਰ ਲੈਟਰਸ ਨਹੀਂ ਪ੍ਰੋਵਾਈਡ ਕੀਤੀਆਂ ਜਾਂਦੀਆਂ ਬਟ ਵਿਦਆਊਟ ਆਇਲਸ 100% 72 ਆਵਰਸ ਦੇ ਵਿੱਚ ਆਫਰ ਲੈਟਰਸ ਆ ਰਹੀਆਂ 100% ਬੱਚਾ ਆਇਲਸ ਤੋਂ ਬਿਨਾਂ ਪੋਸੀਬਲ ਹੈ ਜਾਣਾ ਯੂਕੇ ਦੇ ਵਿੱਚ ਅੱਛਾ ਵਿਦਆਊਟ ਆਇਲਸ ਜਾ ਸਕਦਾ ਬਿਲਕੁਲ ਜਾ ਸਕਦਾ ਇਹ ਬਹੁਤ ਦਿਮਾਗ 'ਚ ਇਹ ਚੀਜ਼ਾਂ ਰਹਿੰਦੀਆਂ ਕਿ ਗੈਪ ਕਿੰਨਾ ਕੁ ਹੋਣਾ ਚਾਹੀਦਾ ਕੁਛ ਕਹਿੰਦੇ ਕਿ ਬਿਲਕੁਲ ਅਸੈਪਟੇਬਲ ਨਹੀਂ ਹੈਗਾ ਯੂਕੇ ਦੇ ਵਿੱਚ ਕੁਛ ਕਹਿੰਦੇ 10 ਸਾਲ ਦਾ ਹੈ 5 ਸਾਲ ਮਤਲਬ ਸਵਾਲ ਬਹੁਤ ਰਹਿੰਦੇ ਲੇਕਿਨ ਜਵਾਬ ਦੇਣ ਵਾਲਾ ਨਾ ਕੋਈ ਕੋਈ ਮਿਲਦਾ ਤੇ ਅੱਜ ਸਾਡਾ ਜਿੱਦਾਂ ਮੈਂ ਦੱਸਿਆ ਕਿ ਜੇਪੀ ਤੋਂ ਤੁਸੀਂ ਇੱਧਰ ਮੌਜੂਦ ਹੋ ਹੈ ਨਾ ਤੁਹਾਡਾ 100% ਸਕਸੈਸ ਰੇਟ ਵੀ ਹੈਗਾ ਤੇ ਮੈਨੂੰ ਇਹ ਦੱਸੋ ਕਿ ਗੈਪ ਕਿੰਨਾ ਅਸੈਪਟੇਬਲ ਹੈ ਐਗਜ਼ੈਕਟ ਅਗਰ ਆਪਾਂ ਕਹੀਏ ਅਗਰ ਯੂਕੇ ਦੀ ਗੱਲ ਕਰੀਏ ਤਾਂ 10 ਸਾਲ ਦਾ ਗੈਪ ਅਸੈਪਟੇਬਲ ਹੈ ਪੰਜਾਬ ਹਰਿਆਣਾ ਰਾਜਸਥਾਨ ਬੋਰਡ ਮਾਰਕੀਟ ਦੇ ਵਿੱਚ ਕੀ ਦਿੱਕਤ ਆ ਰਹੀ ਹੈ ਪੰਜਾਬ ਹਰਿਆਣਾ ਔਰ ਰਾਜਸਥਾਨ ਦੇ ਬੋਰਡ ਨੂੰ ਕੋਈ ਵੀ ਸਟੈਪ ਨਹੀਂ ਕਰਨਾ ਚਾਹ ਰਿਹਾ ਹਰ ਬੱਚਾ ਕਹਿ ਰਿਹਾ ਜੰਮੂ ਦਾ ਬੱਚਾ ਮਿਲ ਜਾਵੇ ਸਾਨੂੰ ਯੂਨੀਵਰਸਿਟੀਜ਼ ਕਾਲਜਿਸ ਕਹਿ ਰਿਹਾ ਜੰਮੂ ਹਰਿਆ ਬੱਚਾ ਮਿਲੇ ਅਦਰ ਸਟੇਟ ਦਾ ਉੱਤਰਾਖੰਡ ਬੱਚਾ ਮਿਲ ਜਾਵੇ ਬਟ ਪੰਜਾਬ ਹਰਿਆਣਾ ਦੇ ਬੱਚਾ ਨਹੀਂ ਲੈਣਾ ਚਾਹ ਰਹੀ ਯੂਨੀਵਰਸਿਟੀਜ਼ ਕਾਲਜਿਸ ਨੂੰ ਵੀ ਇਹੀ ਦਿੱਕਤ ਆ ਰਹੀ ਹੈ ਵੀ ਪੰਜਾਬ ਹਰਿਆਣਾ ਦਾ ਸਟੂਡੈਂਟ ਅਸੀਂ ਨਹੀਂ ਲੈਣਾ ਚਾਹ ਰਹੇ
बिकॉज उन्हां दे नंबर्स घट, मार्केट दे विच फेक डॉक्यूमेंट्स की प्रॉब्लम, बट असी पंजाब हरियाणा राजस्थान का बच्चा भी एक्सैप्ट कर रहे हैं और 40% अगर नंबर ने बच्चे दे 35 ने 50 ने असी 100% यूके का बच्चा एक्सैप्ट करांगे विद 10 साल का अगर गैप है तो बच्चे का तो भी ही असी बच्चा एक्सैप्ट करांगे। अच्छा, समटाइम इदा होंगे कि बैचलर्स की होंगी है बट मास्टर्स ली जाना होंगे वो ईजी हो जाता है, जिन्होंने लेकिन मास्टर की हो अगे जाके उधर की पढ़ाई करन ताकि उन्होंने इदा उन्होंने इमीग्रेशन वाले यकीन हो जाए कि स्टडी वीजा लिए इतने आ रहे हैं। जी हले बच्चा डबल मास्टर करने लिए किसी भी कंट्री के जा सकता है, पर्टिकुलर यूके नहीं किसी भी कंट्री के असी डबल मास्टर करने लिए जा सकते हैं। अच्छा जी, तो फंडस का बहुत वड्डा चक्कर भी रहिंदा कि इन्ने फंड्स जरूरी हैगे है, ते लेकिन वो फंड्स अपने होने चाहिए कि बाद चो कट सकदे, कुछ इदा रहिंदा बैंक अकाउंट इन्ने महीने तो होने चाहिए है, किन्ने टाइम तो होने चाहिए, 6 महीने, साल, 2 साल, किन्ने टाइम का फंड दिखाना होंदा? जी बच्चे बेसिकली 28 डेज फंड ओल्ड होना बहुत जरूरी है, 28 दिन अगर बच्चे के पुराने फंड नहीं है तो बच्चा यूके दे विच फाइल लगाने दे विच एलिजिबल नहीं है। अगर 28 दिन पुराने फंड्स ने तो बच्चा यूके का वीज़ा लेना 100% बच्चा वीज़ा ले सकता। देखो नाल नाल मैं ऑडियंस नूं इह वी दस दवां जो साडे इत्थे जो पेरेंट्स भी ये शो देखते पे है, बच्चे तो देखते ही है, जिन्हां दे मना विच कोई मन दे विच कोई भी सवाल हैगा है किसी भी रिलेटेड हैगा है, मैं इस वक्त जिन्हां नाल बैठी पवन कुमार जी उन्हां दे थल्ले जिहड़े नंबर है साडी स्क्रीन ते फ्लैश होंदे पे, नाल ही नाल तुसीं इनबॉक्स ते कमेंट करके भी सानूं कोई सवाल है पूछ सकते हो, असीं तुहानूं कॉल बैक करांगे। एंड इस दे अलावा मेरे मन दे विच भी इन्ने सारे सवाल है जो तुहाडे ही होंदे ने, लिखे होंदे ने, इन्ने सारे सानूं जिहड़े कमेंट आंदे पुराने फंड्स दियो जां कुछ दियो, अंबैसी दी रिक्वायरमेंट्स है 28 डेज पुराने फंड्स ही रिक्वायरमेंट्स है। और उहदे विच बच्चे दी जो फीस, अगर बच्चा 6 मंथ की फीस पे किया जा रहा है 6 मंथ की फीस प्लस बच्चे के 1 साल के लिविंग एक्सपेंस ही टोटल करके असी फंड्स जो अपने बच्चे ने अपने अकाउंट में रखने हैं। ठीक है, एक होर बहुत चीज़ें हुई सी पिछे यूके यूके मार्केट के चल रहा सी, मतलब कैनेडा घट हो गया सी यूके वधदा गया सी, ये मैं कहूँगी साल को पुरानी गल है कि डिपोर्ट भी बहुत सारे बच्चे हुए उतों, तो इहदा कारण की सीगा मेन कि डिपोर्ट होना, मतलब उधर पहुँच गए बच्चे लेकिन डिपोर्ट बहुत सारे हुए, तो बाद चो फिर कहते कि पैसा वेस्ट गया या फाइल अच्छी नहीं गई, लेकिन इदा तो होंदा नहीं है डिपोर्ट इन्नी जल्दी हो जाना बच्चा 3 महीने के अंदर अंदर। हले ये बच्चे डिपोर्ट्स होए है, एग्जाम्पल अज बच्चा स्टडी करने लिए गया उन्हें अपने क्लासिज टाइम पर नहीं लिया, क्लासिज के अपनी अटेंडेंस कंप्लीट नहीं की, यूनिवर्सिटी बच्चे ने अपनी फीसिज नहीं पे की, BRP कार्ड का इशू हो गया बट यूनिवर्सिटी ने उन्हें कैश लैटर कैंसल्स करते और बच्चे इमीग्रेशन कन्फर्म करके बच्चे डिपोर्ट करवा। अच्छा, ये चीज़ें मतलब बिल्कुल, अगर बच्चा अपने फेक डॉक्यूमेंट्स कुछ लगा के जा रहा है, अगर बाय मिस्टेक अंबैसी ने वीज़ा ग्रांट करता है तो अंबैसी एयरपोर्ट अगर कोई भी डॉक्यूमेंट चेक होंगे तो बच्चे इंस्टेंटली डिपोर्ट कर सकते हैं। ठीक है, ऑफर लेटर का प्रोसेसिंग टाइम कितना इमीग्रेशन कंपनी रहती है? असी 72 आवर्स के असी बच्चे ऑफर लैटर प्रोवाइड कर सकते हैं। अच्छा। अगर बच्चा डिप्लोमा कोर्स लिए जा रहा है या बच्चा डिग्री लिए जा रहा है, मास्टर लिए, बैचलर लिए, एनी किसी भी कोर्सिज के यूनिवर्सिटी है वो लैवल किसी की भी है, गवर्नमेंट है, प्राइवेट, असी 72 आवर्स के ऑफर लैटर बच्चे प्रोवाइड करवा। अच्छा, तो एक होर दोबारा तो मैं कहना चाहूँगी अपनी ऑडियंस नूं जो तुसी साडा शो देख रहे हो, बहुत सारे मन दे विच ना सवाल आते रहते हैं कि होर भी जिहड़े मैं पूछ रही हूँ, इहदे अलावा कुछ भी तुसी पूछना चाहते हो साडे स्क्रीन दे थले जिहड़े है नंबर फ्लैश होंदे पे तुसी कॉल करके पूछ सकते हो, इस दे अलावा तुसी इनबॉक्स से मैसेज कर सकते हो, कोई भी मन च तुहाडे सवाल है असी जरूर तुहानू रिप्लाई बैक करांगे। इस दे अलावा असी एक होर चीज़ जिहड़ी हुंदी है यूके नूं लैके कि एजुकेशन स्कोर किन्ना होना चाहिए, वो जिदा तुसी हरियाणा बोर्ड उहनां ते दस्सिया, लेकिन CBSE अगर किसी के प्लस टू च 56% कहिंदा ना 60 तो उत्ते चाहिए हुंदे है, BCOM कीती होवे, बैचलर कीती होवे, इदा कुछ है कि 60 तो थले होए ते वीज़ा च प्रॉब्लम आएगी, बैंड्स ज़्यादा चाहिए? फॉर एग्जाम्पल मैं एक सवाल पूछना चाहूंगी कि जिदा BCOM की हुई किसी ने, मास्टर लिए उधर जाना है तो 58% ओरी आई है तो सेकंड डिवीजन होगी, तो IELTS जो बैंड आया 5 स्कोर, तो वो जा सकता?
ਬਿਲਕੁਲ ਬੱਚਾ ਉਹਦੇ ਵਿੱਚ ਐਲੀਜੀਬਲ ਹੈ। ਅਗਰ ਅਸੀਂ ਬੱਚਾ ਡਬਲ ਮਾਸਟਰ ਕਰਨ ਲਈ ਜਾ ਰਿਹਾ ਤਾਂ ਉਹਦੀ ਇੰਟਰਵਿਊ ਕ੍ਰੀਏਟ ਕਰਦੀ ਹੈ ਅੰਬੈਸੀ ਨਹੀਂ ਬਲਕਿ ਯੂਨੀਵਰਸਿਟੀ ਇੰਟਰਵਿਊ ਕ੍ਰੀਏਟ ਕਰੇਗੀ। ਅਗਰ ਉਹ ਯੂਨੀਵਰਸਿਟੀ ਦੀ ਇੰਟਰਵਿਊ ਦੇ ਵਿੱਚ ਸਕਸੈਸ ਹੋ ਜਾਂਦਾ ਤਾਂ ਉਹਦਾ 100% ਬੱਚੇ ਦਾ ਕੈਸ ਲੈਟਰ ਆਏਗਾ ਔਰ 100% ਬੱਚਾ ਐਲੀਜੀਬਲ ਹੈ। ਅਗਰ ਤੁਸੀਂ ਗੱਲ ਕਰ ਰਹੇ ਹੋ 58% ਜਾਂ 56% ਮਾਰਕਸ ਨੇ ਤਾਂ ਬੱਚਾ 50% ਤੋਂ ਬਾਅਦ 100% ਬੱਚਾ ਯੂਕੇ ਦੇ ਵਿੱਚ ਐਲੀਜੀਬਲ ਹੈ। ਜਿਹੜੇ 50 ਤੋਂ ਘੱਟ ਆਏ ਹੋਣ ਉਹਨੂੰ ਅਸੀਂ ਅਗਰ ਡਿਪਲੋਮਾ ਕੋਰਸਿਸ ਦੇ ਵਿੱਚ ਪਾ ਸਕਦੇ ਹਾਂ ਹਾਲੀ, ਅਗਰ 48 ਜਾਂ 45 ਜਾਂ 40% ਨੇ ਤਾਂ ਉਹ ਬੱਚਾ ਡਿਪਲੋਮਾ ਕੋਰਸਿਸ ਲੈਵਲ 4 ਦੇ ਵਿੱਚ ਬੱਚਾ 100% ਐਲੀਜੀਬਲ ਹੈ। ਇੱਕ ਨਾ ਇੰਟਰਵਿਊ ਤੋਂ ਲੋਕ ਬਹੁਤ ਡਰਦੇ ਨੇ ਯੂਕੇ ਦੇ, ਜੋ ਇੰਟਰਵਿਊ ਕਰੈਕ ਕਰਨਾ ਹੁੰਦਾ ਤੇ ਉਹ ਇੰਟਰਵਿਊ ਦੀ ਤਿਆਰੀ ਤੁਸੀਂ ਕਰਵਾਉਂਦੇ, ਤੁਹਾਡੀ ਕੰਪਨੀ ਕਰਵਾਉਂਦੀ ਹੈ? ਬਿਲਕੁਲ ਹਾਲੀ, ਅਸੀਂ ਇੰਟਰਵਿਊ ਦੀ ਸਾਡੀ ਤਿਆਰੀ ਵੀ ਕੰਪਨੀ ਕਰਵਾਉਂਦੀ ਹੈ, ਬਟ ਸਾਡੇ ਕੋਲ ਬਹੁਤ ਸਾਰੀ ਯੂਨੀਵਰਸਿਟੀਜ਼ ਔਰ ਕਾਲਜਿਸ ਨੇ ਜਿਹਦੇ ਵਿੱਚ ਅਸੀਂ ਬੱਚੇ ਨੂੰ ਵਿਦਆਊਟ ਇੰਟਰਵਿਊ 100% ਬੱਚੇ ਦਾ ਕੈਸ ਲੈਟਰ ਪ੍ਰੋਵਾਈਡ ਕਰਵਾਉਂਦੇ ਹਾਂ। ਅੱਛਾ, ਮਤਲਬ ਵਿਦਆਊਟ ਇੰਟਰਵਿਊ? ਬਿਲਕੁਲ 100% ਬੱਚੇ ਦੇ, ਅਗਰ 40% ਮਾਰਕਸ ਵੀ ਨੇ ਔਰ ਬੱਚਾ ਇੰਟਰਵਿਊ ਵੀ ਨਹੀਂ ਦੇਣਾ ਚਾਹ ਰਿਹਾ, ਬੱਚੇ ਦੀ ਆਇਲਸ ਵੀ ਨਹੀਂ ਹੈ, ਤਾਂ ਅਸੀਂ ਉਸ ਬੱਚਿਆਂ ਦਾ ਮੋਸਟ ਵੈਲਕਮ ਹੈ ਸਾਡੇ ਆਫਿਸ ਦੇ ਵਿੱਚ। ਜਦੋਂ ਮਰਜ਼ੀ ਬੱਚਾ ਵਿਜ਼ਿਟ ਕਰੇ, ਅਸੀਂ ਉਹਨਾਂ ਦਾ 100% ਆਫਰ ਲੈਟਰ 72 hours ਦੇ ਵਿੱਚ ਪ੍ਰੋਵਾਈਡ ਕਰਵਾਵਾਂਗੇ ਔਰ ਕੈਸ ਲੈਟਰ 100% ਬੱਚੇ ਦਾ ਆਏਗਾ। ਇੱਕ ਹੋਰ ਚੀਜ਼ ਰਹਿੰਦੀ ਹੈ ਸਪਾਊਸ ਨੂੰ ਲੈ ਕੇ, ਬਹੁਤ ਵੱਡਾ ਸਵਾਲ ਹੈ, ਅਕਸਰ ਲੋਕ ਤਾਂ ਹੀ ਬਾਹਰ ਜਾਂਦੇ ਆ ਕਿ ਸਾਡਾ ਸਪਾਊਸ ਨਾਲ ਚੱਲ ਜਾਏ, ਅਤੇ ਸਪਾਊਸ ਨੂੰ ਲੈ ਕੇ ਕੁਛ ਕਹਿੰਦੇ ਕਿ ਨਹੀਂ ਹੋ ਸਕਦਾ, ਪੋਸੀਬਲ ਹੀ ਹੈ ਨਹੀਂ, ਕਿ ਬਹੁਤ ਸਾਰੀ ਚੀਜ਼ਾਂ ਹੁੰਦੀਆਂ ਕਿ ਲੱਗਦਾ ਹੀ ਨਹੀਂ, ਵੀਜ਼ਾ ਹੀ ਨਹੀਂ ਆਉਂਦਾ ਆਪਣਾ, ਜਿੱਦਾਂ ਕੁੜੀ ਬਾਹਰ ਚੱਲ ਜਾਂਦੀ, ਮੁੰਡੇ ਦਾ ਬਹੁਤ ਟਾਈਮ ਲੱਗ ਜਾਂਦਾ, 1.5 years ਵੀ ਨਿਕਲ ਜਾਂਦਾ। ਯੂਕੇ ਦੇ ਸਪਾਊਸ ਨੂੰ ਲੈ ਕੇ ਤੁਸੀਂ ਕੀ ਕਹਿਣਾ ਚਾਹੋਗੇ? ਯੂਕੇ ਦੇ ਵਿੱਚ ਸਪਾਊਸ 100% ਬੱਚਾ ਨਾਲ ਹੀ, ਦੋਨੋਂ ਹਸਬੈਂਡ ਵਾਈਫ ਦੋਨੋਂ ਹੀ ਟਰੈਵਲ ਕਰਦੇ ਆ। ਮੇਨ ਮਾਰਕੀਟ ਦੇ ਵਿੱਚ ਜੋ ਯੂਕੇ ਨੂੰ ਲੈ ਕੇ ਪ੍ਰੋਬਲਮਸ ਕ੍ਰੀਏਟ ਹੋ ਰਹੀਆਂ, ਬੱਚਾ ਇਗਜ਼ਾਮਪਲ ਸਟੂਡੈਂਟ ਪਲੱਸ ਟੂ ਪਾਸ ਹੈ, ਸਪਾਊਸ ਪਲੱਸ ਟੂ ਪਾਸ ਹੈ, ਮਾਰਕੀਟ ਦੇ ਵਿੱਚ 90% ਟ੍ਰੈਂਡ ਕੀ ਚੱਲ ਰਿਹਾ, ਤੁਸੀਂ ਗ੍ਰੈਜੂਏਟ ਨਹੀਂ ਹੋ, ਸਪਾਊਸ ਤੁਹਾਡਾ ਗ੍ਰੈਜੂਏਟ ਨਹੀਂ ਹੈ, ਉਸ ਨਾਮ 'ਤੇ ਬਹੁਤ ਜ਼ਿਆਦਾ ਫਰੋਡ ਕੀਤਾ ਜਾ ਰਿਹਾ। ਯੂਕੇ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈ, ਯੂਕੇ ਦੋਨੋਂ ਬੱਚੇ ਅਗਰ ਪਲੱਸ ਟੂ ਪਾਸ ਹੈ ਤਾਂ ਦੋਨੋਂ ਸਪਾਊਸ ਵੀਜ਼ਾ ਦੇ ਵਿੱਚ ਐਲੀਜੀਬਲ ਹੈ। ਆਸਟ੍ਰੇਲੀਆ ਦੇ ਵਿੱਚ ਇਹ ਟ੍ਰੈਂਡ ਹੈ, ਅਗਰ ਬੱਚਾ ਗ੍ਰੈਜੂਏਟ ਨਹੀਂ ਹੈ ਤਾਂ ਬੱਚਾ ਟਰੈਵਲ ਨਹੀਂ ਕਰ ਸਕਦੇ, ਸਪਾਊਸ ਨਾਲ ਹੀ ਜਾ ਸਕਦਾ, ਬਟ ਯੂਕੇ ਦੇ ਵਿੱਚ ਇੱਦਾਂ ਦਾ ਕੁਛ ਨਹੀਂ ਹੈ, ਯੂਕੇ 100% ਬੱਚੇ ਅਗਰ ਦੋਨੋਂ ਪਲੱਸ ਟੂ ਪਾਸ ਹੈ ਤਾਂ ਦੋਨੋਂ ਟਰੈਵਲ ਕਰ ਸਕਦੇ ਆ, ਇੰਡੀਪੈਂਡੈਂਟ ਵੀਜ਼ਾ 'ਤੇ ਹੀ ਜਾਏਗਾ ਉਹਦਾ ਸਪਾਊਸ। ਇਕੱਠੇ ਟਰੈਵਲ? ਬਿਲਕੁਲ 100% ਇਕੱਠੇ ਹੀ ਟਰੈਵਲ ਕਰਨਗੇ। ਅੱਛਾ, ਇਕੱਠੇ ਟਰੈਵਲ ਕਰ ਸਕਦੇ ਹਾਂ, ਠੀਕ ਹੈ। ਅਤੇ ਹੋਪ ਸੋ ਕਿ ਜਿਹੜੇ ਯੂਕੇ ਨੂੰ ਲੈ ਕੇ ਸਵਾਲ ਹੋਣਗੇ ਤੁਹਾਡੇ ਮਨਾਂ ਵਿੱਚ, ਉਹ ਮੈਂ ਸਾਰੇ ਪੁੱਛ ਚੁੱਕੀ ਹਾਂ। ਜੇਕਰ ਹਜੇ ਵੀ ਤੁਹਾਡੇ ਦਿਮਾਗ ਵਿੱਚ ਕੋਈ ਵੀ ਸਵਾਲ ਹੈਗਾ, ਪਲੀਜ਼ ਤੁਸੀਂ ਨੀਚੇ ਦਿੱਤੇ ਹੋਏ ਨੰਬਰ 'ਚ ਕਾਲ ਕਰ ਸਕਦੇ ਹੋ, ਅਤੇ ਅਗਰ ਕਾਲ ਨਹੀਂ ਚੱਕੇਗੀ ਤਾਂ ਤੁਸੀਂ ਕਮੈਂਟ ਕਰਕੇ ਵੀ ਪੁੱਛ ਸਕਦੇ ਹੋ ਕਿ ਹੋ ਜਾਂਦਾ, ਸਮਟਾਈਮ ਬਿਜ਼ੀ ਹੋ ਜਾਂਦਾ ਪਤਾ, ਤੋ ਕਮੈਂਟਾਂ ਰਾਹੀਂ ਵੀ ਅਸੀਂ ਤੁਹਾਨੂੰ ਬੈਕ ਕਾਲ ਕਰਾਂਗੇ, ਐਂਡ ਤੁਹਾਡੇ ਮਨ ਵਿੱਚ ਜੋ ਵੀ ਸਵਾਲ ਸੀ ਉਹਦਾ ਅਸੀਂ ਜਵਾਬ ਦੇਣ ਦੀ ਪੂਰੀ ਕੋਸ਼ਿਸ਼ ਕਰਾਂਗੇ। ਇਸ ਦੇ ਇਲਾਵਾ ਇਹਨਾਂ ਦਾ ਜਿਹੜਾ ਆਫਿਸ ਹੈ ਚੰਡੀਗੜ੍ਹ ਦੇ ਵਿੱਚ ਹੈ, 17 sector ਦੇ ਵਿੱਚ, ਉੱਥੇ ਵੀ ਆ ਕੇ ਤੁਸੀਂ ਮੀਟਿੰਗ ਕਰ ਸਕਦੇ ਹੋ, ਆਪਣੇ ਕੋਈ ਵੀ ਤੁਹਾਡਾ ਡਾਊਟ ਹੈ ਮਨ ਦੇ ਵਿੱਚ ਉਹ ਪੁੱਛ ਸਕਦੇ ਹੋ। ਹੁਣ ਅਸੀਂ ਜਿਹੜਾ ਵੱਧਦੇ ਕੈਨੇਡਾ ਦੀ ਤਰਫ ਵੱਧਦੇ ਹਾਂ, ਕੈਨੇਡਾ ਦੇ ਵਿੱਚ ਵੀ ਕਾਫੀ ਪੰਜਾਬੀ ਸਾਡੇ ਜਾਂਦੇ ਨੇ, ਬਟ ਅੱਜ ਕੱਲ੍ਹ ਕਰੋਨਾ ਤੋਂ ਬਾਅਦ ਕਾਫੀ ਸਾਰੇ ਕੇਸ ਜਿਹੜੇ ਹੈ ਪੈਂਡਿੰਗ ਚੱਲ ਰਹੇ ਨੇ, ਲੋਕ ਡਰ ਰਹੇ ਨੇ ਕਿ ਹੁਣ ਫਾਈਲ ਲਗਾਈਏ ਕਿ ਨਹੀਂ ਲਗਾਈਏ, ਅਤੇ ਰਿਜੈਕਸ਼ਨ ਕੇਸਿਸ ਵੱਧ ਰਹੇ ਨੇ, ਕਿਉਂ ਵੱਧ ਰਹੇ ਨੇ, ਰੀਜ਼ਨ ਕੀ ਹੈ? ਹਰਿਨਗਰ ਕੈਨੇਡਾ ਦੇ ਸਿਰਫ ਮਾਰਕੀਟ ਦੇ ਵਿੱਚ ਇੱਕ ਡਰ ਪਾਇਆ ਗਿਆ, ਰਿਫਿਊਜ਼ਲ ਰੇਟ ਬਹੁਤ ਮਾਰਕੀਟ ਦੇ ਵਿੱਚ ਘੱਟ ਹੈ। ਕੈਨੇਡਾ ਅਗਰ ਅੱਜ 100% ਆਪਣਾ ਵੀਜ਼ਾ ਪ੍ਰੋਵਾਈਡ ਕਰਵਾ ਰਿਹਾ, ਗੱਲ ਕਰੀਏ ਪ੍ਰਾਈਵੇਟ ਕਾਲਜਿਸ ਦੀ, ਜੋ ਰਿਫਿਊਜ਼ਲਸ ਮਾਰਕੀਟ ਦੇ ਵਿੱਚ ਆ ਰਹੀਆਂ ਉਸ ਬੱਚਿਆਂ ਦੀ ਆ ਰਹੀਆਂ ਜਿਨ੍ਹਾਂ 'ਚੋਂ 2 ਬੱਚਿਆਂ ਦੇ 5.5 ਨੇ ਆਇਲਸ ਦੇ ਵਿੱਚੋਂ, ਜਾਂ ਗੈਪ ਬਹੁਤ ਜ਼ਿਆਦਾ ਹੋ ਚੁੱਕਿਆ, ਗੈਪ ਦੀ ਜਸਟੀਫਿਕੇਸ਼ਨ ਦਿੱਤੀ, SOP ਦੇ ਵਿੱਚ ਅਸੀਂ ਕੁਛ ਨਹੀਂ ਲਿਖ ਰਹੇ, ਆਪਣੀ ਕਵਰਿੰਗ ਲੈਟਰ ਨਹੀਂ ਬਣਾਇਆ, ਰਿਫਿਊਜ਼ਲ ਦੇ ਵਿੱਚ ਆਪਣੇ ਗੈਪ ਜਸਟੀਫਿਕੇਸ਼ਨ ਨਹੀਂ ਦਿੱਤੀਆਂ, ਉਹਨਾਂ ਬੱਚਿਆਂ ਨੂੰ ਇਹਨਾਂ ਚੀਜ਼ਾਂ ਦੇ ਵਿੱਚ ਪ੍ਰੋਬਲਮ ਬਹੁਤ ਵੱਡੇ ਲੈਵਲ 'ਤੇ ਆ ਰਹੀ ਹੈ ਔਰ ਰਿਫਿਊਜ਼ਲਸ ਵੀ ਬਹੁਤ ਜ਼ਿਆਦਾ ਆ ਰਹੀਆਂ ਨੇ। ਆਇਲਸ ਤੇ ਬੈਂਡ ਕਿੰਨੇ ਚਾਹੀਦੇ ਹੈਗੇ? ਅਗਰ ਬੱਚਾ ਪਲੱਸ ਟੂ ਪਾਸ ਹੈ, ਐਟਲੀਸਟ ਬੱਚਾ 6 each ਬੈਂਡ ਲੈ ਕੇ ਹੀ ਫਾਈਲ ਆਪਣੀ ਲਗਾਏ, ਵਿਦਆਊਟ 6 each ਅਗਰ ਬੱਚੇ ਦੇ ਨਹੀਂ ਹੈ, 60% ਮਾਰਕਸ ਨਹੀਂ ਹੈ, ਤਾਂ ਆਪਣਾ ਬੱਚਾ ਉਸ ਚੀਜ਼ ਨੂੰ ਪਹਿਲਾਂ ਕਵਰ ਕਰਿਓ ਔਰ ਦੈਨ ਹੀ ਯੂਕੇ ਕੈਨੇਡਾ ਦੀ ਫਾਈਲ ਲਗਾਏ। ਬਸ ਅਸੀਂ ਇੱਕ ਹੀ ਚੀਜ਼ ਕਵਾਂਗੇ, ਕੋਈ ਵੀ ਬੱਚਾ ਕਿਸੇ ਵੀ ਕੰਸਲਟੈਂਟ ਤੋਂ ਅਪਲਾਈ ਕਰ ਸਕਦਾ, ਬਟ ਆਪਣੇ ਫੇਕ ਡਾਕੂਮੈਂਟਸ ਤੋਂ ਬਚਾ ਰੱਖੋ, ਕੋਈ ਵੀ ਫੇਕ ਡਾਕੂਮੈਂਟ ਲਾ ਕੇ ਕਿਸੇ ਵੀ ਕੰਸਲਟੈਂਟ ਦੀ ਗੱਲਾਂ ਵਿੱਚ ਨਹੀਂ ਆਉਣਾ, ਆਪਣੇ ਓਰਿਜਨਲ ਡਾਕੂਮੈਂਟ 'ਤੇ ਹੀ ਆਪਣਾ ਵੀਜ਼ਾ ਅਪਲਾਈ ਕਰੋ। ਥੈਂਕ ਯੂ ਸੋ ਮਚ। ਥੈਂਕ ਯੂ ਸੋ ਮਚ ਸਰ, ਥੈਂਕ ਯੂ ਸੋ ਮਚ, ਐਂਡ ਹੋਪ ਸੋ ਤੁਹਾਡੇ ਸਾਰੇ ਡਾਊਟ ਕਲੀਅਰ ਹੋ ਗਏ ਹੋਣੇ। ਜੇਕਰ ਹਜੇ ਵੀ ਕਲੀਅਰ ਨਹੀਂ ਹੋਏ ਹੈ, ਦੁਬਾਰਾ ਕਹੂੰਗੀ ਕਿ ਜਿਵੇਂ ਕਿ ਸਰ ਨੇ ਕਿਹਾ ਕਿ ਫੇਕ ਡਾਕੂਮੈਂਟਸ ਨਾ ਲਗਾਓ, ਤੇ ਮੈਂ ਕਹੂੰਗੀ ਕਿ ਫੇਕ ਲੋਕਾਂ ਕੋਲ ਨਾ ਜਾਓ, ਕਿਉਂਕਿ ਤੁਹਾਡਾ ਪੈਸਾ ਜਿਹੜਾ ਬੜਾ ਹੀ ਕੀਮਤੀ ਹੁੰਦਾ ਹੈ। ਇੱਧਰ ਤੁਸੀਂ ਪਹੁੰਚ ਸਕਦੇ ਹੋ, ਚੰਡੀਗੜ੍ਹ ਆਫਿਸ 17 sector ਦੇ ਵਿੱਚ ਇਹਨਾਂ ਦਾ ਹੈਗਾ, 123-124 17 sector, JP ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਪ੍ਰਾਈਵੇਟ ਲਿਮਿਟਡ ਦੇ ਵਿੱਚ। ਸੋ ਜੀ, ਈਮੇਲ ਐਡਰੈਸ ਸਾਰੇ ਥੱਲੇ ਆਉਂਦੇ ਪਏ ਹੈ, ਲੇਕਿਨ ਤਾਂ ਵੀ ਤੁਹਾਡੇ ਮਨ ਵਿੱਚ ਕੋਈ
डाउट है तो तुसी कॉल करके पूछ सकते हो, इतने ऑफिस आ सकते हो, यानी कि चंडीगढ़ 17 सेक्टर के विच इन्हां दा ऑफिस है, जेपी एजुकेशन एंड इमिग्रेशन प्राइवेट लिमिटेड, एड्रेस भी थले आ गया है, अगर कोई भी डाउट है कमेंट आ रहे तुसी पूछ सकते हो। टिल देन देखते रहो इमिग्रेशन टॉक्स, मैनू यानी कि तुहाडी अपनी हेलीन सारी नूं दो इजाजत, सो शेयर करो।